ਸੂਬਾ ਪੰਜਾਬ ਵੀ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੋਂ ਦੀ ਖੁਸ਼ਹਾਲੀ ਦਾ ਰਾਜ ਵੀ ਖੇਤੀ ਹੈ। ਪਰ ਇਸ ਵਾਰ ਸੂਬੇ ਵਿੱਚ ਨਰਮੇ ਹੇਠ ਰਕਬਾ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਸੂਬੇ ਦੀ ਆਰਥਿਕਤਾ ਅਤੇ ਕਾਰੋਬਾਰ ਕਿਸਾਨੀ ਤੇ ਨਿਰਭਰ ਹੈ, ਲੇਕਿਨ ਦਿਨੋ ਦਿਨ ਇਸ ਵਿੱਚ ਆਉਂਦੇ ਨਿਗਾਰ ਵੱਲ ਸਰਕਾਰ ਦਾ ਕੋਈ ਖਿਆਲ ਨਾ ਹੋਣ ਕਰਕੇ ਇੱਥੋਂ ਦੀ ਰਵਾਇਤੀ ਅਤੇ ਕੈਸ਼ ਕ੍ਰਾਪ ਨਰਮੇ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਰਿਹਾ ਹੈ, ਜਿਸ ਦੇ ਚੱਲਦੇ ਇਸ ਵਾਰ ਸੂਬੇ ਵਿੱਚ ਨਰਮੇ ਦੀ ਕਾਸ਼ਤ ਪਿਛਲੇ ਸਾਲ ਦੇ ਮੁਕਾਬਲੇ 20-25 ਫੀਸਦੀ ਘੱਟ ਹੋਣ ਦਾ ਅਤੇ ਝੋਨੇ ਹੇਠ ਰਕਬਾ ਵੱਧ ਹੋਣ ਦਾ ਦਾਅਵਾ ਖੇਤੀ ਮਾਹਰ ਕਰ ਰਹੇ ਹਨ। ਸੂਬੇ ਵਿੱਚ ਨਰਮੇ ਦੀ ਫਸਲ ਹਾਲ ਦੀ ਘੜੀ ਚੰਗੀ ਖੜੀ ਹੈ ਅਤੇ ਮੌਸਮ ਵੀ ਉਸਦੇ ਅਨੁਕੂਲ ਚੱਲ ਰਿਹਾ ਹੈ। ਕਿਸਾਨ ਖੇਤਾਂ ਵਿੱਚ ਗੋਡੀ ਅਤੇ ਉਸਦੀ ਸੰਭਾਲ ਕਰਦਾ ਵਿਖਾਈ ਦੇ ਰਿਹਾ ਹੈ। ਪਰ ਦੂਸਰੇ ਪਾਸੇ ਖੇਤੀ ਮਾਹਿਰ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਨਰਮੇ ਦਾ ਰਕਬਾ ਘੱਟ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਖੇਤੀ ਮਾਹਰ ਸੁਨੀਲ ਬੇੜੀਵਾਲ ਕਹਿੰਦੇ ਹਨ ਕਿ ਇਸ ਵਾਰ ਸੂਬੇ ਵਿੱਚ ਨਰਮੇ ਹੇਠ ਰਕਬਾ ਘੱਟ ਗਿਆ ਹੈ ਅਤੇ ਉਸਦੀ ਥਾਂ ਕਿਸਾਨਾਂ ਨੇ ਝੋਨੇ ਨੂੰ ਅਪਣਾਇਆ ਹੈ। ਜੇਕਰ ਗੱਲ ਅਬੋਹੇ ਇਲਾਕੇ ਦੀ ਕੀਤੀ ਜਾਵੇ ਤਾਂ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਦੇ ਚੱਲਦਿਆਂ ਕਿਸਾਨਾਂ ਦੇ ਨਰਮੇ ਦੇ ਹੀ ਬਿਜਾਈ ਕੀਤੀ ਹੈ। ਇਸ ਕਰਕੇ ਇਸ ਇਲਾਕੇ ਵਿੱਚ ਨਰਮੇ ਦੀ ਕਾਸ਼ਤ 5-7 ਫੀਸਦੀ ਘੱਟ ਹੋਈ ਹੈ। ਨਰਮੇ ਦੀ ਬਿਜਾਈ ਘੱਟ ਹੋਣ ਪਿੱਛੇ ਖੇਤੀ ਮਾਹਰ ਫਸਲ ਤੇ ਆਉਣ ਵਾਲੇ ਖਰਚੇ, ਮਿਹਨਤ ਅਤੇ ਮੁਕਾਬਲੇ ਇਸ ਦਾ ਮੁੱਲ ਘੱਟ ਹੋਣਾ ਦੱਸਦੇ ਹਨ। ਕੋਟਨ ਕ੍ਰੋਪ ਦੀ ਜਿੱਥੇ ਤੱਕ ਗੱਲ ਕਰੀਏ, ਪੂਰੇ ਪੰਜਾਬ 'ਚ 20% ਤੋਂ 25% ਏਰੀਆ ਕੋਟਨ ਦਾ ਜਿਹੜਾ ਘੱਟ ਗਿਆ। ਰੀਜ਼ਨ ਇੱਕੋ ਹੀ ਹੈ ਉਹਦਾ ਕਿ ਰੇਟ ਫਾਰਮਰ ਨੂੰ ਸਹੀ ਨਹੀਂ ਮਿਲਿਆ, ਖਰਚੇ ਫਾਰਮਰ ਨੂੰ ਜ਼ਿਆਦਾ ਹੁੰਦੇ ਹੈ ਔਰ ਓਨੀ ਇਨਕਮ ਜਿਹੜੀ ਹੈ ਫਾਰਮਰ ਨੂੰ ਨਹੀਂ ਮਿਲਦੀ। ਇਸ ਕਰਕੇ ਜਿਹੜਾ ਹੈ ਉਹ 20-25% ਏਰੀਆ ਜੋ ਹੈ ਉਹ ਘੱਟ ਗਿਆ। ਅਗਰ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ 20-25% ਘਟਿਆ, ਔਰ ਗੱਲ ਕਰੀਏ ਆਪਣੇ ਅਬੋਹਰ ਦੀ ਤਾਂ ਇਹ ਏਰੀਆ 5-7% ਹੀ ਡਾਊਨ ਹੋਇਆ ਹੈ। ਬਿਕੋਜ਼ ਕਿ ਇੱਥੇ ਦੂਜੀ ਆਪਸ਼ਨ ਨਹੀਂ ਹੈਗੀ, ਉਹਨਾਂ ਪਾਣੀ ਦਾ ਸਾਧਨ ਨਹੀਂ ਹੈਗਾ। ਬਾਕੀ ਜਗ੍ਹਾ ਝੋਨੇ 'ਚ ਕਨਵਰਟ ਹੋਇਆ ਔਰ ਆਪਣੀ ਜਗ੍ਹਾ ਝੋਨੇ ਲਾਉਣ ਵਾਸਤੇ ਇੰਨੇ ਪ੍ਰੋਪਰ ਪਾਣੀ ਨਹੀਂ ਹੈਗਾ। ਇਸ ਕਰਕੇ ਕਨਵਰਜਨ ਜਿਹੜੀ ਹੈ ਉਹ 5-7% ਹੀ ਰਹੀ ਹੈ। ਅਗਰ ਕੋਟਨ ਏਰੀਆ ਵਧਿਆ ਤਾਂ ਉਹ ਇੱਕ ਤਾਂ ਕਨਵਰਜਨ ਹੋਏਗੀ, ਪਾਣੀ ਦੀ ਮਾਤਰਾ ਵੀ ਘੱਟ ਲੱਗੂਗੀ ਉਸ 'ਚ ਔਰ ਫਾਰਮਰ ਨੂੰ ਵੀ ਉਹ ਬੈਨੀਫਿਟ ਹੋਏਗਾ। ਔਰ ਇਕੱਲਾ ਝੋਨਾ ਝੋਨਾ ਲਗਾਉਂਦੇ ਰਹਾਂਗੇ ਤਾਂ ਫਿਰ ਉਹਨਾਂ ਜਿਹੜਾ ਹੈ ਉਹ ਇੱਕੋ ਹੀ ਕ੍ਰੋਪ 'ਤੇ ਬੇਸ ਰਹਿ ਜਾਏਗਾ। ਕੋਟਨ, ਕੋਟਨ ਇੰਡਸਟਰੀ, ਕੋਟਨ ਦੇ ਲੱਗੇ ਫਾਰਮਰਸ, ਕੋਟਨ ਟ੍ਰੇਡਰਸ, ਉਹ ਜਿਹੜੇ ਆ ਫਿਰ ਉਹਨੇ ਪਣਪਣੀਆਂ ਨਹੀਂ ਜਾਂ ਉਹਨੇ ਵਧੀਆ ਉਹਨਾਂ ਦਾ ਬਿਜ਼ਨਸ ਨਹੀਂ ਰਹੇਗਾ। ਪੰਜਾਬ ਸਰਕਾਰ ਵੱਲੋਂ ਇਸ ਵਾਰ ਕੀਤੀ ਗਈ ਸਖਤੀ ਦੇ ਚੱਲਦਿਆਂ ਕਿਸਾਨਾਂ ਤੱਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਅਤੇ ਮਨਜ਼ੂਰ ਸ਼ੁਦਾ ਕਿਸਮਾਂ ਹੀ ਪਹੁੰਚਦੀਆਂ ਹਨ। ਮਾਰਕੀਟ ਵਿੱਚ 3 ਕੰਪਨੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ ਹੈ, ਜਿਸ ਵਿੱਚ ਰਾਸ਼ੀ, ਬਾਇਰ ਅਤੇ US ਅਗਰੀ ਦੀਆਂ ਕੁਝ ਕਿਸਮਾਂ ਸ਼ਾਮਲ ਹਨ। 85% ਇਹਨਾਂ ਦਾ ਰਿਹਾ ਹੈ, ਜਦਕਿ ਬਾਕੀ ਦਾ 15% ਹੋਰ ਵੱਖ ਵੱਖ ਕੰਪਨੀਆਂ ਦਾ ਰਿਹਾ ਹੈ। ਕਿਸਾਨਾਂ ਨੇ ਇਹਨਾਂ 3 ਕੰਪਨੀਆਂ ਦੇ ਬੀਜ ਨੂੰ ਹੀ ਪ੍ਰਮੁੱਖਤਾ ਇਸ ਲਈ ਦਿੱਤੀ ਕਿ ਪਿਛਲੇ ਸਾਲ ਇਹਨਾਂ ਕਿਸਮਾਂ ਦਾ ਝਾੜ ਕਾਫੀ ਚੰਗਾ ਰਿਹਾ ਸੀ। ਵਰਾਇਟੀ ਦੀ ਅਗਰ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਇਹ ਹੈ ਜੋ ਵੀ ਗੌਰਮੈਂਟ ਦੀ ਰਿਕਮੈਂਡਡ ਵਰਾਇਟੀ ਹੈ ਉਹੀ ਸਾਰੀਆਂ ਬੀਜੀਆਂ ਗਈਆਂ ਨੇ ਔਰ 3 ਕੰਪਨੀਆਂ ਦੇ ਮੇਜਰ ਸ਼ੇਅਰ ਰਹੇ ਨੇ, ਜਿਸ 'ਚ ਸਭ ਤੋਂ ਜ਼ਿਆਦਾ ਸ਼ੇਅਰ ਰਾਸ਼ੀ 773 ਐਂਡ 776, ਬਾਇਰ ਦਾ 7172 ਐਂਡ 7272 ਦੋ ਵਰਾਇਟੀਆਂ, ਔਰ ਤੀਸਰੀ ਕੰਪਨੀ ਹੈ US ਐਗਰੀ, ਜਿਹਦੀ ਕਿ US 51 ਅਤੇ US 71 ਆਉਂਦੀ ਹੈ, ਉਹ ਵਰਾਇਟੀਆਂ ਬੀਜੀਆਂ ਗਈਆਂ ਨੇ। 85% ਏਰੀਆ ਜਿਹੜਾ ਉਹ 3 ਵਰਾਇਟੀਆਂ ਦੇ ਨੇ, ਬਾਕੀ 15% ਬਾਕੀ ਕੰਪਨੀਆਂ ਨੇ। ਉਹ ਵੀ ਇਸ ਕਰਕੇ ਬੀਜੀਆਂ ਗਈਆਂ ਕਿ ਲਾਸਟ ਈਅਰ ਇਹਨਾਂ ਕੰਪਨੀ ਦੇ ਬੀਜਾਂ ਦਾ ਚਾਰ ਜਿਹੜਾ ਉਹ ਬਹੁਤ ਚੰਗਾ ਆਇਆ ਸੀ, ਇਸ ਕਰਕੇ ਬੀਜੀਆਂ ਗਈਆਂ। ਕਿਸਾਨਾਂ ਦੇ ਜ਼ਿਹਨ ਵਿੱਚ ਨਰਮੇ ਦੀ ਫਸਲ ਤੇ ਬਿਮਾਰੀਆਂ ਦੇ ਹਮਲੇ ਨੂੰ ਲੈ ਕੇ ਖੇਤੀ ਮਾਹਰ ਸੁਨੀਲ ਪੇੜੀਵਾਲ ਆਖਦੇ ਹਨ ਕਿ 15 ਮਈ ਤੱਕ ਬਿਜਾਈ ਮੁਕੰਮਲ ਹੋ ਜਾਣੀ ਚਾਹੀਦੀ ਸੀ, ਪਰ ਬਿਜਾਈ ਦਾ ਕੰਮ 30 ਮਈ ਤੱਕ ਜਾਰੀ ਰਿਹਾ। ਇਸ ਕਰਕੇ ਪਿਛੇਤੀ ਬਿਜਾਈ ਵਾਲੀ ਫਸਲ ਤੇ ਕੀਟਾਂ ਤੇ ਬਿਮਾਰੀਆਂ ਦੇ ਹਮਲੇ ਦਾ ਖਦਸ਼ਾ ਵੱਧ ਰਹਿੰਦਾ ਹੈ। ਲੇਟ ਬਿਜਾਈ ਦਾ ਕਾਰਨ ਉਹ ਨਹਿਰੀ ਮਹਿਕਮੇ ਵੱਲੋਂ ਸਿੰਚਾਈ ਪਾਣੀ ਦੀ ਸਪਲਾਈ ਪੂਰੀ ਨਹੀਂ ਦੇ ਪਾਉਣ ਨੂੰ ਮੰਨਦੇ ਹਨ। ਦੇਖੋ ਪ੍ਰੋਪ ਦੀ ਗੱਲ ਜਿੱਥੇ ਤੱਕ ਹੈ ਕਿ ਇਸ ਵਾਰੀ ਬਿਜਾਈ
ਔਰ ਦੇਖੀਏ ਪਿਛਲੇ ਸਾਲ ਨਾਲੋਂ 15 ਦਿਨ ਲੇਟ ਹੈ। ਜੋ 15 ਮਈ ਨੂੰ ਬਿਜਾਈ ਕੰਪਲੀਟ ਹੋ ਜਾਣੀ ਚਾਹੀਦੀ ਸੀ, ਉਹ 30 ਮਈ ਤੱਕ ਜਾ ਕੇ ਕੰਪਲੀਟ ਹੋਈ ਹੈ। ਉਹਦਾ ਮੇਨ ਕਾਰਨ ਹੈ ਕਿ ਗੌਰਮੈਂਟ ਨੇ ਪਾਣੀ ਜਿਹੜਾ ਹੈ ਉਹ ਪਹਿਲਾਂ ਨਹੀਂ ਦਿੱਤਾ, ਇਸ ਕਰਕੇ ਜੋ ਹੈ ਖੇਤ ਤਿਆਰ ਨਹੀਂ ਕਰ ਪਾਏ ਔਰ ਫਾਰਮਰ ਜਿਹੜਾ ਸੋਇੰਗ ਨੂੰ ਲੇਟ ਹੋ ਗਏ। ਔਰ ਜਿੱਥੇ ਤੱਕ ਵਰਾਇਟੀ ਦੀ ਗੱਲ ਹੈ, ਜਿਹੜਾ 15 ਮਈ ਤੱਕ ਬੀਜਿਆ ਗਿਆ ਉਹ ਨਰਮਾ ਤਾਂ ਬਿਲਕੁਲ ਸਹੀ ਹੈ, ਔਰ ਜਿਹੜਾ ਥੋੜ੍ਹਾ ਲੇਟ ਵਰਾਇਟੀ ਹੈ ਉਹਨੂੰ ਇਹ ਡਾਊਟ ਹੈ ਕਿ ਥੋੜ੍ਹਾ ਛੋਟਾ ਹੋਣ ਕਰਕੇ ਜਾਂ ਲੇਟ ਬੀਜਣ ਕਰਕੇ ਥੋੜ੍ਹੀ ਜਿਹੀ ਬਿਮਾਰੀ ਉਹਨੂੰ ਜ਼ਿਆਦਾ ਪਕੜ ਕਰਦੀ ਹੈ। ਔਰ ਥੋੜ੍ਹਾ ਮੋਟਾ ਅਗਰ ਫੀਲਡ 'ਚ ਜਾ ਕੇ ਦੇਖੀਏ ਤਾਂ ਥੋੜ੍ਹਾ ਮੋਟਾ ਤੇਲਾ ਜਾਂ ਵਾਈਟ ਫਲਾਈ ਜਾਂ ਥੋੜ੍ਹਾ ਥੋੜ੍ਹਾ ਹੈ, ਬਟ ਬਿਲੋ ETL ਲੈਵਲ ਹੈ, ਉਹ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ। ਬਟ ਫਾਰਮਰ ਹੁਣੇ ਤੋਂ ਧਿਆਨ ਕਰੇ, ਅਗਰ ਕੋਈ ਨਿੰਮੀ ਛਿੱਟਣ ਦੀ ਸਪਰੇ ਹੈ ਉਹ ਕਰੇ ਤਾਂ ਉਹਨੂੰ ਕੰਟਰੋਲ ਕੀਤਾ ਜਾ ਸਕਦਾ। ਖੇਤੀ ਮਾਲ ਸੁਨੀਲ ਪੇੜੀਵਾਲ ਦੀ ਨਰਮਾ ਉਤਪਾਦਕ ਕਿਸਾਨਾਂ ਨੂੰ ਅਪੀਲ ਹੈ ਕਿ ਖੇਤਾਂ ਵਿੱਚ ਰੋਜ਼ਾਨਾ ਜਾ ਕੇ ਫਸਲ ਦਾ ਨਿਰੀਖਣ ਕਰਨਾ ਚਾਹੀਦਾ ਹੈ ਅਤੇ ਇੱਕ ਪੱਤੇ ਤੇ 3-4 ਕੀਟਾਂ ਤੋਂ ਵੱਧ ਕੀਟ ਨਜ਼ਰ ਆਉਂਦੇ ਹਨ ਤਾਂ ਉਸ ਤੇ ਸਪਰੇ ਕਰਨ ਦੀ ਲੋੜ ਹੈ। ਨਹੀਂ, ਪੈਨਿਕ ਵਾਲੀ ਹਾਲੇ ਤੱਕ ਕੋਈ ਅਜਿਹੀ ਗੱਲ ਨਹੀਂ ਹੈਗੀ। ਫਾਰਮਰ ਨੂੰ ਖੇਤ ਵਿਜਿਟ ਕਰਨਾ ਚਾਹੀਦਾ ਹੈ, ਅਗਰ 3-4 ਪੈਸਟ ਪਰ ਪੱਤੇ ਹੈਗੇ ਨੇ ਜੋ ETL ਲੈਵਲ ਤੋਂ ਵੱਧ ਹੈ, ਅਗਰ ਉਹ ਹੁੰਦਾ ਤਾਂ ਉਹਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ। ਪਰ ਅੱਜ ਤਾਂ ਗੌਰਮੈਂਟ ਨੇ ਇੱਥੇ ਸੈਮੀਨਾਰ ਵੀ ਲਾਇਆ ਸੀ, ਉਦੋਂ ਸੈਮੀਨਾਰ 'ਚ ਵੀ ਦੱਸਿਆ ਸੀ, ਵਾਈਟ ਫਲਾਈ 'ਤੇ ਸੈਮੀਨਾਰ ਸੀ, ਉਹਨਾਂ ਨੇ ਦੱਸਿਆ ਸੀ ਕਿ ਹਾਲੇ ਵੀ ਜਿਹੜਾ ਹੈ ਉਹ ETL ਲੈਵਲ ਤੋਂ ਵੱਧ ਨਹੀਂ ਹੈਗਾ। ਪਰ ਫਿਰ ਵੀ ਕਈ ਜਗ੍ਹਾ ਅਜਿਹੀ ਪੁਜੀਸ਼ਨ ਮਿਲੀ ਹੈ ਕਿ ਜਿੱਥੇ ਕਮਜ਼ੋਰ ਸੀ ਨਰਮਾ, ਜਿੱਥੇ ਛੋਟਾ ਸੀ ਉੱਥੇ ਵਾਈਟ ਫਲਾਈ ਦਾ ਅਟੈਕ ਹੈ। ਪਰ ਫਾਰਮਰ ਨੂੰ ਜਾ ਕੇ ਆਪਣਾ ਵਾਚ ਕਰਨਾ ਚਾਹੀਦਾ ਹੈ, ਅਗਰ ਕਿੱਥੇ ਅਟੈਕ ਲੱਗਦਾ ਹੈ ਤਾਂ ਉਹ ਸਪਰੇਅ ਕਰ ਦੇਣੀ ਚਾਹੀਦੀ। ਖੇਤ ਵਿੱਚ ਗੋਡੀ ਕਰਵਾ ਰਹੇ ਕਿਸਾਨ ਜੀਤ ਰਾਮ ਦੀ ਫਸਲ ਨੂੰ ਚੰਗਾ ਦੱਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਗਰਮੈਸ਼ ਥੋੜ੍ਹੀ ਜ਼ਿਆਦਾ ਹੈ, ਪਰ ਬੀਤੇ ਦਿਨੀ ਹੋਈ ਬਰਸਾਤਾਂ ਕਰਕੇ ਇਸ ਨੂੰ ਫਾਇਦਾ ਹੋਇਆ ਹੈ। ਉਹ ਦੱਸਦੇ ਹਨ ਕਿ ਪਾਣੀ ਦੀ ਘਾਟ ਜ਼ਰੂਰ ਹੈ, ਜਿਸ ਕਰਕੇ ਸਮੱਸਿਆ ਪੇਸ਼ ਆਉਂਦੀ ਹੈ। ਜੇਕਰ ਸਰਕਾਰ ਪਾਣੀ ਦਾ ਬੰਦੋਬਸਤ ਸਹੀ ਤਰੀਕੇ ਨਾਲ ਕਰਕੇ ਟੇਲ 'ਤੇ ਬੈਠੇ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰਨ ਤਾਂ ਕਿਸਾਨ ਨਰਮੇ ਦੀ ਫਸਲ ਬਿਜਾਈ ਨੂੰ ਪਹਿਲ ਦੇਵੇਗਾ। ਉਹਨਾਂ ਨੇ ਕਿਹਾ ਕਿ ਨਰਮੇ ਦੇ ਭਾਅ ਵਿੱਚ ਵੀ ਵਾਧਾ ਜ਼ਰੂਰੀ ਹੈ। ਮੌਸਮ ਵਧੀਆ ਨਰਮੇ ਵਾਸਤੇ, ਠੀਕ ਹੈ ਬਿਲਕੁਲ। ਮਤਲਬ ਗਰਮੀ ਜ਼ਿਆਦਾ ਹੈ ਥੋੜ੍ਹੀ ਜਿਹੀ, ਬਾਕੀ ਬੂਟੇ ਮਤਲਬ ਗਰੋਥ ਕਰ ਰਿਹਾ, ਅੱਛਾ ਚੱਲ ਰਿਹਾ, ਬਹੁਤ ਵਧੀਆ ਹੈ। ਬਾਰਿਸ਼ ਜਿਹੜੀ ਮੌਕੇ 'ਤੇ ਆਈ ਉਹਦੇ ਨਾਲ ਫਾਇਦਾ ਹੋ ਗਿਆ ਨਾ, ਅਜੇ ਤੱਕ ਕੋਈ ਬਿਮਾਰੀ ਵਾਲੀ ਜਾਂ ਕਿਸ ਤਰੀਕੇ ਦੀ ਕੋਈ ਨਹੀਂ ਆਈ, ਬਿਲਕੁਲ ਸਹੀ। ਪਾਣੀ ਦੀ ਥੋੜ੍ਹੀ ਕਮੀ ਆਉਂਦੀ ਹੈਗੀ, ਪਾਣੀ ਕਰਕੇ ਬੂਟਾ ਝੁਲਸ ਜਾਂਦਾ ਔਰ ਕਮਜ਼ੋਰ ਬੂਟਾ ਮੇਰੇ ਗਰੋਥ ਨਹੀਂ ਕਰਦਾ ਹੈਗਾ, ਵੱਧਦਾ ਨਹੀਂ ਹੈਗਾ। ਹੁਣ ਪਾਣੀ ਅਗਰ ਟਾਈਮ ਟੂ ਟਾਈਮ ਨਾਲ ਮਿਲਦਾ ਰਹੇਗਾ ਤਾਂ ਬਹੁਤ ਅੱਛਾ ਨਰਮਾ ਹੋਏਗਾ ਔਰ ਹੁੰਦਾ। ਪਿਛਲੇ ਸਾਲ ਵੀ ਮਤਲਬ ਚੰਗਾ ਹੋਇਆ ਸੀ ਨਰਮਾ, ਔਰ ਇਸ ਵਾਰ ਉਸ ਤੋਂ ਵੀ ਅੱਛਾ ਹੋਣ ਦੀ ਉਮੀਦ ਹੈਗੀ। ਲੇਕਿਨ ਇਹ ਥੋੜ੍ਹਾ ਜਿਹਾ ਭਾਅ ਦੇ ਕਰਕੇ ਹੈ, ਅਗਰ ਜੇ ਭਾਅ ਇਹਦਾ ਸਹੀ ਮਿਲ ਜੇ ਫਾਰਮਰ ਨੂੰ ਤਾਂ ਬਹੁਤ ਹੀ ਵਧੀਆ, ਹਰੇਕ ਹੀ ਕਿਸਾਨ ਚਾਹੇਗਾ ਵੀ ਮੈਂ ਨਰਮਾ ਲਾਵਾਂ। ਹੁਣ ਇਹਦਾ ਪਤਾ ਹੈ ਕਿ ਹੁਣ ਭਾਅ ਦਾ ਹੈਗਾ 4500-4700, ਅਤੇ ਲੇਕਿਨ ਇਹਦੀ ਚੁਗਾਈ ਜਿਹੜੀ ਹੈਗੀ 7-8 ਰੁਪਏ ਚੁਗਾਈ ਪੈ ਜਾਂਦੀ ਹੈ। ਲੇਕਿਨ ਅਗਰ ਇਹੀ ਉਹ ਭਾਅ 7-8 ਹਜ਼ਾਰ ਰੁਪਇਆ ਹੋਵੇ ਤਾਂ ਹਰੇਕ ਕਿਸਾਨ ਨੂੰ ਇਹਦਾ ਫਾਇਦਾ ਹੋਏਗਾ ਔਰ ਹਰ ਕਿਸਾਨ ਹੀ ਇਹਨੂੰ ਲਾਉਣਾ ਚਾਹੇਗਾ। ਨਰਮੇ ਦਾ ਨਰਮਾ ਬਹੁਤ ਵਧੀਆ ਹਰੇਕ ਨੂੰ ਔਰ ਬਹੁਤ ਅੱਛਾ ਮਤਲਬ ਹੈਗਾ, ਇਹਦੀ ਫਸਲ ਲਾਉਣੀ ਚਾਹੀਦੀ ਹੈ। ਗਰਮੀ ਟਿਕਾ ਕੇ ਪੜ ਰਹੀ ਹੈ, ਟੈਂਪਰੇਚਰ ਜਾ ਰਿਹਾ 45 ਤੱਕ, ਤੋ ਹਿਊਮਿਡਿਟੀ ਕੰਟੀਨਿਊ ਚਾਹੀਏ, ਹਿਊਮਿਡਿਟੀ ਖਤਮ ਹੋਣੇ ਕੇ ਮਤਲਬ ਪਾਣੀ ਚਾਹੀਏ, ਤੋ ਪਾਣੀ ਅਗਰ ਮਿਲਦਾ ਰਹੇਗਾ ਪ੍ਰੋਪਰਲੀ ਤਾਂ ਗਰੋਥ ਇਸ ਵਾਰ ਮੈਨੂੰ ਲੱਗਦਾ ਚੰਗੀ ਫਸਲ ਹੋ ਗਈ ਨਰਮੇ ਕੀ ਇਸ ਵਾਰ। ਹਾਂ, ਇਸ ਸਮੇਂ ਤੋਂ ਜੋ ਨਰਮਾ ਜਿਸਨੇ ਲਗਾਇਆ ਨਾ ਇਸ ਵਾਰ ਬੈਟਰ ਰਹੇਗੀ ਕ੍ਰੋਪ, ਮਤਲਬ ਅੱਛੀ ਰਹੇਗੀ ਲਾਸਟ ਈਅਰ ਸਰ। ਕਿਸਾਨੀ ਲਈ ਨਰਮੇ ਦੀ ਬਿਜਾਈ ਘੱਟ ਹੋਣਾ ਅਤੇ ਪਾਣੀ ਦਾ ਡਿੱਗਦਾ ਪੱਧਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਰਕਾਰਾਂ ਨੂੰ ਲੋੜ ਹੈ ਕਿ ਖੇਤੀ ਅਤੇ ਪਾਣੀ ਨੂੰ ਬਚਾਉਣ ਲਈ ਕੈਸ਼ ਕ੍ਰੋਪ ਵਜੋਂ ਜਾਣੀ ਜਾਂਦੀ ਨਰਮੇ ਦੀ ਕਾਸ਼ਤ ਅਤੇ ਇਸ ਨਾਲ ਜੁੜੇ ਕਾਰੋਬਾਰ ਨੂੰ ਬਚਾਉਣ ਦੇ ਨਾਲ ਵੱਧ ਪਾਣੀ ਲੈਣ ਵਾਲੀ ਫਸਲ ਝੋਨੇ ਆਦਿ ਦੇ ਰਕਬੇ ਦੇ ਥਾਂ ਘੱਟ ਪਾਣੀ ਨਾਲ ਹੋਣ ਵਾਲੀਆਂ ਫਸਲਾਂ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਪਾਣੀ ਬਚਾਉਣ ਦੀ ਮੁਹਿੰਮ ਵਿੱਚ ਅਹਿਮ ਯੋਗਦਾਨ ਪਾ ਸਕੀਏ।